ਤੁਹਾਨੂੰ ਜੀ ਕੀ ਕੰਮ ਕਰਦੇ ਤੁਸੀਂ? ਇਹ ਫਰੂਟ ਦਾ ਹੀ ਕੰਮ ਕਰਦਾ ਸਰ ਜੀ, ਫਰੂਟ ਦਾ ਹੀ ਕੰਮ ਕਰਦਾ। ਕਿਹੜੀ ਜਗ੍ਹਾ? ਟਾਂਡੇ ਤੋਂ। ਕਿੰਨਾ ਚਿਰ ਹੋ ਗਿਆ ਤੁਹਾਨੂੰ ਇਹ ਕੰਮ ਕਰਦੇ ਹੋ? ਮੈਨੂੰ ਹੋ ਗਿਆ 8 ਸਾਲ ਹੋ ਗਏ। 8 ਸਾਲ ਹੋ ਗਏ ਆ, ਅਤੇ ਕਿੱਦਾਂ ਦੇਖਦੇ ਹੋ ਕਾਰੋਬਾਰ ਦੇ ਵਿੱਚ, ਕੋਈ ਫਾਇਦਾ ਹੋ ਰਿਹਾ? ਹਾਂ ਭਾਅ ਜੀ, ਫਾਇਦਾ ਵੀ ਹੈ ਔਰ ਨੁਕਸਾਨ ਵੀ ਹੈ, ਦੋਨੋਂ ਹੀ ਹੈ ਕੰਮ। ਗਰਮੀ ਆਪਾਂ ਜਿਹੜੇ ਕਿ 5-6 ਮਹੀਨਿਆਂ ਨੇ ਨਾ, ਉਹਨਾਂ ਦਿਨਾਂ ਨੂੰ ਤਾਂ ਬਹੁਤ ਜ਼ਿਆਦਾ ਲੋਸ ਹੋ ਜਾਂਦਾ, ਅਤੇ ਸਿਆਲਾਂ ਨੂੰ ਇਹ ਆ ਕਿ ਵਿਕਰਾ ਘੱਟ ਜਾਂਦਾ, ਪਰ ਫਰੂਟ ਦੀ ਖਰਾਬੀ ਕੋਈ ਨਹੀਂ ਹੁੰਦੀ, ਅਤੇ ਸਿਆਲਾਂ ਨੂੰ ਕੋਈ ਠੀਕ ਰਹਿੰਦਾ, ਕੋਈ ਵਿਆਹ ਸ਼ਾਦੀ ਦਾ ਕੋਈ ਪ੍ਰੋਗਰਾਮ ਚੱਲ ਜਾਂਦਾ, ਉਹਦੇ ਕਰਕੇ ਸਾਡਾ ਨੁਕਸਾਨ ਬਚਾ ਹੋ ਜਾਂਦਾ। ਪਰ ਗਰਮੀਆਂ ਨੂੰ ਬਹੁਤ ਜ਼ਿਆਦਾ ਡਸਟ ਹੁੰਦਾ, ਰੋਜ਼ ਦੇ ਸਾਡੇ 3-4 ਕ੍ਰੇਟ ਨਾ ਰੋਜ਼ ਡਸਟ ਹੋ ਜਾਂਦੇ ਆ ਫਰੂਟ ਦੇ। 20-25 ਕਿਲੋ ਦਾ ਕ੍ਰੇਟ ਵਰਕ ਹੁੰਦਾ, 3-4 ਕ੍ਰੇਟ ਰੋਜ਼ ਡਸਟ ਹੁੰਦੇ ਆ, ਉਹ 8-10 ਹਜ਼ਾਰ ਮਾਲ ਦਾ ਰੋਜ਼ ਸਾਨੂੰ ਡਸਟ ਕਰਨਾ ਪੈਂਦਾ। ਉਹ ਹੁੰਦਾ ਹੀ ਹੁੰਦਾ, ਗਰਮੀ ਜ਼ਿਆਦਾ ਹੁੰਦੀ ਨਾ, ਇਸ ਕਰਕੇ ਉਹ ਸਾਡਾ ਨੁਕਸਾਨ ਹੁੰਦਾ ਹੀ ਹੁੰਦਾ। ਉਹਨਾਂ ਦਿਨਾਂ ਨੂੰ 4-5 ਮਹੀਨਿਆਂ 'ਚ ਕਈ ਦੁਕਾਨਦਾਰ ਬੰਦ ਹੀ ਕਰ ਜਾਂਦੇ, ਕਈ ਥੋੜ੍ਹਾ ਥੋੜ੍ਹਾ ਰੱਖ ਕੇ ਗੁਜ਼ਾਰਾ ਕਰਦੇ, ਅਤੇ ਕਈ ਕਿ ਜਿਹੜਾ ਦੁਕਾਨਾਂ 'ਚ ਕੰਮ ਚੱਲਦਾ ਜਿਹਨਾਂ ਦਾ, ਉਹ ਕਹਿੰਦੇ ਕੋਈ ਗੱਲ ਨਹੀਂ ਸਿਆਲਾਂ ਨੂੰ ਦੇਖਾਂਗੇ, ਪਰ ਉਹ ਸਮਾਨ ਜ਼ਿਆਦਾ ਰੱਖਦੇ ਹੀ ਰੱਖਦੇ ਆ, ਮਜਬੂਰੀ ਨਾਲ ਰੱਖਣਾ ਪੈਂਦਾ ਕਿਉਂਕਿ ਦੁਕਾਨਦਾਰੀ ਖਰਾਬ ਹੁੰਦੀ ਆ, ਇਸ ਕਰਕੇ ਰੱਖਣਾ ਪੈਂਦਾ, ਚਾਹੇ ਉਹ ਨੁਕਸਾਨ ਹੋਵੇ ਨਾ ਹੋਵੇ, ਉਹ ਰੱਖਣਾ ਹੀ ਪੈਂਦਾ। ਬਾਕੀ ਤਾਂ ਤੁਹਾਨੂੰ ਪਤਾ ਹੀ ਹੈ ਭਾਈ, ਫਰੂਟ ਦਾ ਕੰਮ ਹੋਇਆ, ਸਬਜ਼ੀ ਦਾ ਕੰਮ ਹੋਇਆ, ਇਹ ਕੱਚਾ ਕੰਮ ਹੁੰਦਾ, 2 ਦਿਨ ਗਾਹਕ ਅੱਜ ਲਿਆਂਦਾ ਫਰੂਟ, ਗਾਹਕ ਨਾ ਲੱਗਾ ਅੱਜ ਕੱਲ੍ਹ, ਅਤੇ 3ਜੇ ਦਿਨ ਤੁਹਾਨੂੰ ਪਤਾ ਨੁਕਸਾਨ ਦਾ ਹੋ ਗਿਆ, ਕਿਉਂਕਿ ਇਹ ਤਾਂ ਅੱਜ ਲਿਆਂਦਾ ਅੱਜ ਹੀ ਵਿਕੇ, ਹਾਂ ਤਾਂ 2ਜੇ ਦਿਨ ਵਿਕ ਜੇ, ਬਸ 3ਜੇ ਦਿਨ ਤਾਂ ਬਸ ਡਸਟ ਹੋਣਾ ਜਾਂਦਾ। ਇਸ ਕਰਕੇ ਇੱਕ ਜਿਹੜਾ ਕੁਛ ਫਰੂਟ ਇੱਦਾਂ ਦਾ, ਜਿੱਦਾਂ ਤੁਸੀਂ ਹਦਵਾਣਾ ਲਾ ਲਓ, ਕੁਛ ਹੋਰ ਇੱਦਾਂ ਦੇ ਫਰੂਟਸ ਹੈਗੇ ਆ ਜਿਹੜੇ ਕਿ ਪਹਿਲਾਂ ਸਿਰਫ ਗਰਮੀਆਂ ਦੇ ਮੌਸਮ ਵਿੱਚ ਹੀ ਮਿਲਦੇ ਸੀ, ਪਰ ਹੁਣ ਸਰਦੀਆਂ ਦੇ ਵਿੱਚ ਵੀ ਪਾਏ ਜਾਂਦੇ ਆ, ਅਤੇ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਕਿ ਸਦਾ ਬਹਾਰ ਮੌਸਮ ਦੇ ਹਿਸਾਬ ਨਾਲ ਫਰੂਟ ਮਿਲਣਾ ਚਾਹੀਦਾ? ਪਰ ਭਾਅ ਜੀ ਪਤਾ ਗੱਲ ਕੀ, ਇਹ ਸਾਡੀ ਸੋਚ ਆ, ਇੱਦਾਂ ਕੁਛ ਨਹੀਂ ਹੈਗਾ। ਅਸੀਂ ਇੱਥੇ ਅੱਜ ਸਾਡੇ ਕੋਲ ਇੱਥੇ 30 ਡਿਗਰੀ ਟੈਂਪਰੇਚਰ ਆ, ਜੇ ਬੰਗਲੌਰ ਤੋਂ ਆਉਂਦਾ ਇੱਥੇ 45 ਡਿਗਰੀ ਟੈਂਪਰੇਚਰ, ਉੱਥੇ ਗਰਮੀ ਹੈ, ਰੇਤਲਾ ਬੁਰਾ ਹਾਲ, ਉੱਥੇ ਗਰਮੀ ਨਾਲ ਹਦਵਾਣਾ ਉੱਥੇ ਪੱਕਿਆ ਪਿਆ, ਉਹ ਪੱਕੀ ਫਸਲ ਇੱਧਰ ਆਉਣੀ ਆ, ਤੋ ਇੱਧਰ ਉਹ ਤਰਬੂਜ ਖਾਧਾ, ਜੇ ਉਹਦੇ ਨਾਲ ਕੋਈ ਬਿਮਾਰ ਹੋਵੇ ਤਾਂ ਜ਼ਿੰਮੇਵਾਰ ਆ, ਲਾਲ ਸੂਹਾ ਮਿੱਠਾ ਹੁੰਦਾ। ਇੱਥੇ 1 ਮਹੀਨਾ ਲੇਟ ਆਉਣਾ ਕਿਉਂਕਿ ਇੱਥੇ ਮੌਸਮ ਠੰਡੇ ਹੈ, ਇੱਥੇ ਹਾਲੇ ਘੱਟੋ ਘੱਟ ਹਾਲੇ ਮਹੀਨਾ ਨਹੀਂ ਆਉਣਾ, ਉੱਥੇ ਬੰਗਲੌਰ ਦਾ ਖਤਮ ਹੋ ਗਿਆ, ਹੁਣ ਮਹਾਰਾਸ਼ਟਰ ਦਾ ਸ਼ੁਰੂ ਹੋ ਗਿਆ, ਮਹਾਰਾਸ਼ਟਰ ਦਾ ਤਰਬੂਜ ਚੱਲ ਰਿਹਾ ਲਾਲ ਸੁੱਖਾ ਔਰ ਮਿੱਠਾ। ਅਸੀਂ ਜਿਹੜੇ ਸਿਆਲਾਂ ਨੂੰ ਗਏ ਸੀ ਨਾ ਉੱਥੇ ਲੋਹੜੀ ਦੇ ਟਾਈਮ 'ਤੇ, ਅਤੇ ਸਾਨੂੰ ਧੁੱਪਾਂ ਲੱਗਦੀਆਂ ਸੀ, ਪਸੀਨੇ ਆਉਂਦੇ ਸੀਗੇ। ਮੈਂ ਮਨਵਾੜ ਗਿਆ ਸੀਗਾ ਨਾਸਿਕ ਦੇ ਵਿੱਚ, ਅਤੇ ਇੰਨੀ ਗਰਮੀ ਸੀ ਉੱਥੇ ਸਿਆਲਾਂ ਨੂੰ, ਜੋ ਕਿ ਇੱਥੇ ਧੁੰਦਾਂ ਪੈਂਦੀਆਂ ਸੀ, ਦਿਖਦਾ ਹੀ ਸੂਰਜ ਦਿਖਦਾ ਹੀ ਨਹੀਂ ਸੀ ਇੱਥੇ। ਪਰ ਨਹੀਂ, ਉੱਧਰ ਮੌਸਮ ਦੇ ਹਿਸਾਬ ਨਾਲ ਇੱਕ ਦੂਜੀ ਜਗ੍ਹਾ ਫਰੂਟ ਆਉਣ ਲੱਗ ਪਏ, ਗੌਰਮੈਂਟ ਹੁਣ ਇੱਕ ਦੂਜੀ ਕਿਸਾਨ ਦਾ ਫਰੂਟ ਹੈ, ਉਹ ਜਿੱਥੇ ਮਰਜ਼ੀ ਜਾ ਕੇ ਲਿਜਾ ਕੇ ਵੇਚ ਸਕਦਾ, ਹੁਣ ਉਹ ਸਿਸਟਮ ਖਤਮ ਹੋ ਗਿਆ। ਹੁਣ ਤੁਹਾਡਾ ਸੌਦਾ ਨਾ, ਤੁਹਾਡਾ ਇੱਥੇ ਤੁਹਾਨੂੰ ਨਹੀਂ ਮੁੱਲ ਮਿਲਦਾ, ਤੁਸੀਂ ਦਿੱਲੀ ਲੈ ਜਾਓ, ਦਿੱਲੀ ਨਹੀਂ ਮਿਲਦਾ ਰਾਜਸਥਾਨ ਲੈ ਜਾਓ, ਤੁਹਾਨੂੰ ਜਿੱਥੇ ਦੇਖਿਆ ਕਿ ਮੇਰਾ 5 ਰੁਪਏ ਕਿਲੋ ਉੱਥੇ ਮਹਿੰਗਾ ਵਿਕ ਰਿਹਾ, ਤੁਸੀਂ ਫਟਾਫਟ ਗੱਡੀ ਲੱਦ ਕੇ ਉੱਥੇ ਲੈ ਜਾਣੀ ਅਤੇ ਵੇਚ ਲੈਣੀ। ਇਸ ਕਰਕੇ ਇਹਦਾ ਕੁਛ ਵੀ ਨਹੀਂ ਹੈਗਾ, ਹੁਣ ਅੱਜ ਕੱਲ੍ਹ 12 ਮਹੀਨੇ ਸਭ ਕੁਝ ਮਿਲ ਜਾਂਦਾ, ਮੌਸਮ ਉੱਧਰ ਬਹੁਤ ਹੈ। ਅਤੇ ਆਹ ਕਿਹੜਾ ਫਰੂਟ ਰੱਖਿਆ ਜੀ? ਇਹ ਆਲੂ ਬੁਖਾਰਾ ਸ਼ਾਹ ਜੀ, ਇਹ ਬਾਹਰਲਾ, ਇਹ ਨਿਊਜ਼ੀਲੈਂਡ ਦਾ ਆਲੂ ਬੁਖਾਰਾ, ਪਰ ਖਾਣ ਨੂੰ ਖੱਟਾ ਮਿੱਠਾ ਜਿਹਾ ਹੁੰਦਾ, ਪਰ ਜਿੱਦਾਂ ਡਾਕਟਰ ਕਹਿੰਦੇ ਮੇਰਾ ਆਲੂ ਬੁਖਾਰਾ ਖਾਣਾ ਕਿਡਨੀ ਦੀ ਪ੍ਰੋਬਲਮ ਆ, ਉਹ ਫਿਰ ਵੱਡੇ ਵੱਡੇ ਦੁਕਾਨਦਾਰ ਹੀ ਰੱਖਦੇ, ਮਹਿੰਗਾ ਬਹੁਤ ਹੁੰਦਾ ਇਹ, ਇਸ ਕਰਕੇ ਰੱਖਣਾ ਜ਼ਰੂਰ ਪੈਂਦਾ ਸਾਨੂੰ, ਕਿਉਂ ਕਈ ਗਾਹਕ ਵਿਚਾਰੇ ਲੱਭਦੇ ਆ, ਨਹੀਂ ਮਿਲਦਾ। ਕੀ ਭਾਅ ਇਹਦਾ ਜੀ? ਇਹਦਾ ਸਾਜੀ 100 ਰੁਪਏ ਪਾਈਆ ਹੁੰਦਾ ਇਹ, 100 ਰੁਪਏ, ਇਹ 1600 ਰੁਪਏ ਦਾ ਹੁੰਦਾ 4 ਕਿਲੋ, ਸਾਨੂੰ 100 ਰੁਪਏ ਪਾਈਆ ਸਾਨੂੰ ਵੇਚਣਾ ਪੈਂਦਾ, ਕਿਉਂਕਿ ਗਾਹਕ ਨਾ ਮੋੜੇ ਇਹ, ਕਿਉਂਕਿ 400 ਰੁਪਏ ਕਿਲੋ ਵੀ ਬਹੁਤ ਜ਼ਿਆਦਾ ਮਹਿੰਗਾ ਹੈ, ਪਰ ਮਜਬੂਰੀ ਹੈ, ਸਾਨੂੰ ਰੱਖਣਾ ਪੈਂਦਾ, ਕਿਉਂਕਿ ਸਾਨੂੰ 400 ਤੋਂ ਪਲੱਸ ਸਾਨੂੰ ਪੈਂਦਾ ਹੀ ਹੈ। ਪਰ ਹੋਰ ਫਰੂਟ ਪਿਆ ਜਿਹੜਾ, ਇਹ ਆਵਾਕਾਡੋ, ਹਾਂਜੀ ਹਾਂ, ਇਹ ਆਵਾਕਾਡੋ ਫਰੂਟ, ਇਹ ਵੀ ਬਾਹਰਲਾ, ਇਹ 150 ਰੁਪਏ ਦਾ ਪੀਸ ਬਾਹਰਲਾ, ਜਿਹੜਾ ਜਿਹੜੇ ਬਾਹਰੋਂ ਇੱਕ ਪੀਸ ਹੁੰਦਾ, ਇਹ ਜਿਹੜਾ ਬਾਹਰੋਂ ਆਉਂਦੇ ਨਾ ਜਿਹੜੇ, ਉਹ ਉਹੀ ਜਾਣਦੇ ਆ ਕਿ ਅਸੀਂ ਤਾਂ ਅਸੀਂ ਵੀ ਨਹੀਂ ਕਦੀ ਖਾਧਾ, ਉਹ ਦੱਸਦੇ ਕਿ ਆਵਾਕਾਡੋ ਆ। ਇਹਦਾ ਫਾਇਦਾ ਕੀ ਖਾਣ ਦਾ ਭਾਅ ਜੀ? ਇਹ ਤਾਂ ਉਹ ਜਿਹੜੇ ਬਾਹਰੋਂ ਆਉਂਦੇ ਉਹ ਕਹਿੰਦੇ ਸਾਡੇ ਇੱਥੇ ਬਹੁਤ ਵਿਕਦਾ, ਬਹੁਤ ਲੱਗੇ ਮੌਲਾਂ 'ਚ, ਉਹ 2-2-3-3 ਪੀਸ ਲੈ ਜਾਂਦੇ ਆ, ਕਹਿੰਦੇ ਜੇ ਗੁਣ ਬਹੁਤ ਹੁੰਦੇ, ਵਿਟਾਮਿਨ ਬਹੁਤ ਹੁੰਦੀ ਆ, ਇਹਦਾ ਕੁਛ ਉਹੀ ਦੱਸਦੇ, ਅਸੀਂ ਤਾਂ ਖਾਲੀ ਮੰਡੀਓ ਲੈ ਆਈਦਾ, ਮਹਿੰਗਾ ਵੀ ਉਹ ਤਾਂ ਸਾਡੇ ਉੱਪਰ ਕਸਟਮਰ ਸਾਡੇ ਕੋਲ ਲੈ ਜਾਂਦਾ, ਸਾਨੂੰ ਇਸ ਕਰਕੇ ਸਾਨੂੰ ਰੱਖਣਾ ਪੈਂਦਾ। ਇਹ ਵੀ ਬਾਹਰਲਾ ਭਾਅ ਜੀ, ਨਿਊਜ਼ੀਲੈਂਡ ਵੱਲ ਦਾ ਹੁੰਦਾ, ਕੋਈ ਹੋਰ ਕੰਟਰੀਆਂ ਦਾ ਵੀ ਹੁੰਦਾ, ਪਰ ਬਾਹਰਲਾ ਹੈ ਆਵਾਕਾਡੋ। ਇਹਦੇ ਗੁਣ ਬਹੁਤ ਆ, ਉਹ ਬੰਦੇ ਜਿਹੜੇ ਬਾਹਰ ਆਉਂਦੇ ਉਹ ਦੱਸਦੇ ਸਾਨੂੰ, ਵੀ ਅਸੀਂ ਵੀ ਇੱਥੇ ਵੇਚੀਦਾ, ਬਾਕੀ ਜਿਹੜਾ ਇੱਥੇ ਲੋਕਲ ਗਾਹਕ ਉਹ ਤਾਂ ਸਾਰੀ ਸਾਨੂੰ ਪੁੱਛਦਾ ਕੀ ਆ ਇਹ ਕੀ ਆ,
ਪਰ ਵਿਕਦਾ ਹੈਗਾ ਬਾਹਰਲਾ ਬੰਦਾ ਜਿਹੜੇ ਇਹਨਾਂ ਦੇ ਆਉਂਦੇ ਅਤੇ ਸਾਡੇ ਭਰਾ ਉਹ ਬਹੁਤ ਖੁਸ਼ ਹੋ ਕੇ ਲੈ ਜਾਂਦੇ ਇਹਨੂੰ। ਇੰਨਾ ਮਹਿੰਗਾ ਤੁਸੀਂ ਫਰੂਟ ਇੱਥੇ ਰੱਖਿਆ ਆਪਣੇ ਦੇ ਕੋਲ, ਤਾਂ ਸਰਕਾਰ ਵੱਲੋਂ ਕੀ ਵਿਸ਼ੇਸ਼ ਕਦਮ ਚੁੱਕੇ ਜਾਣੇ ਚਾਹੀਦੇ ਨੇ ਕਿ ਜਿਹੜਾ ਨੁਕਸਾਨ ਤੁਹਾਨੂੰ ਹੁੰਦਾ ਜਾਂ ਹੋਰ ਕਾਰੋਬਾਰ ਨੂੰ ਵਧਾਉਣ ਵਾਸਤੇ ਕਿੱਦਾਂ ਦੀਆਂ ਪਹਿਲਕਦਮੀਆਂ ਕਰਨੀਆਂ ਚਾਹੀਦੀਆਂ ਨੇ? ਭਾਅ ਜੀ ਇਹ ਤਾਂ ਹੁਣ ਅਸੀਂ ਤੁਹਾਨੂੰ ਕੀ ਦੱਸ ਸਕਦੇ, ਇਹ ਤਾਂ ਗੌਰਮੈਂਟ ਇਹ ਪਤਾ ਕੱਚਾ ਕੰਮ ਹੈ, ਇਹਦੇ ਵਿੱਚ ਗੌਰਮੈਂਟ ਵੀ ਕੀ ਕਰ ਸਕਦੀ, ਗੌਰਮੈਂਟ ਇਹਦੇ ਵਿੱਚ ਕੋਈ ਨਾ ਇਹਦਾ ਬਿੱਲ ਬਣ ਸਕਦਾ ਨਾ ਕੋਈ ਇਹਦੀ ਕੋਈ ਸਹੂਲਤ ਹੁੰਦੀ ਨਹੀਂ। ਬਾਕੀ ਗੌਰਮੈਂਟ ਨੂੰ ਜੇ ਇਹਦਾ ਵੱਲ ਥੋੜ੍ਹਾ ਬਹੁਤਾ ਜ਼ਰੂਰ ਕੇਅਰ ਕਰਨੀ ਚਾਹੀਦੀ, ਕਿਉਂਕਿ ਗਰਮੀਆਂ ਨੂੰ ਜਿਹੜੇ 4-6 ਮਹੀਨੇ ਨਾ ਉਹ ਤਾਂ ਬਹੁਤ ਜ਼ਿਆਦਾ ਨਜਾਇਜ਼ ਨੁਕਸਾਨ ਦੇ ਹੈ, ਇੰਨੇ ਜ਼ਿਆਦਾ ਨੁਕਸਾਨ ਦੇ ਹੈ ਕਿ ਅਸੀਂ ਅੱਜ ਸੌਦਾ ਗੱਡੀ ਭਰ ਕੇ ਲਿਆਏ ਸਾਡੇ ਕੋਲ ਅੱਜ ਗਾਹਕ ਨਹੀਂ ਲੱਗਾ, ਹੱਦ ਜੇ ਅੱਜ ਗਾਹਕ ਨਹੀਂ ਲੱਗਾ ਨਾ ਕੱਲ੍ਹ ਮੁਰਝਾ ਜਾਣੀ ਆ, ਜੇ ਕੱਲ੍ਹ ਵੀ ਨਾ ਵਿਕੀ ਨਾ ਤਾਂ ਪਰਸੋਂ ਬਿਲਕੁਲ ਹੀ ਡਸਟ ਹੋ ਜਾਣੀ ਆ। ਉਹ ਹਜ਼ਾਰਾਂ ਦੇ ਹਿਸਾਬ ਨਾਲ ਜਿਵੇਂ 1 ਲੱਖ ਦਾ ਸਮਾਨ ਆ 50,000 ਉੱਡ ਜਾਂਦੇ ਅਤੇ 20,000 ਉੱਡ ਜਾਂਦੇ, ਉਹ ਜੇ ਵਿਕ ਜੇ ਤਾਂ ਪੈਸੇ ਬਣ ਵੀ ਜਾਂਦੇ ਆ, ਦੋਨੋਂ ਹੈ ਹਾਂ, ਕਦੀ ਬਣ ਵੀ ਜਾਂਦੇ ਕਦੀ ਘੱਟ ਵੀ ਜਾਂਦੇ, ਪਰ ਦੁਕਾਨਦਾਰੀ ਇਹ ਕਰਨੀ ਪੈਂਦੀ ਆ, ਇਹਨੂੰ ਛੱਡ ਕੇ ਵੀ ਨਹੀਂ ਜਾ ਸਕਦੇ, ਤੁਸੀਂ ਦਿਹਾੜੀ ਤਾਂ ਕਰਨ ਲੱਗੋਗੇ ਨਹੀਂ ਹੋਣੀ, ਕਿਉਂਕਿ ਜਿਹੜਾ ਦੁਕਾਨਦਾਰੀ ਕਰਦਾ ਉਹ ਚਾਹੇ ਰੇਹੜੀ ਲਾਵੇ ਉਹਨੇ ਕਰਨੀ ਦੁਕਾਨਦਾਰੀ ਹੀ ਕਰਨੀ, ਚਾਹੇ ਉਹ ਕੇਲੇ ਇਕੱਲੇ ਵੇਚ ਲਵੇ ਚਾਹੇ ਕੋਈ ਫਰੂਟ ਵੇਚ ਲਵੇ ਚਾਹੇ ਸਬਜ਼ੀ ਵੇਚ ਲਵੇ, ਰੋਟੀ ਦਾ ਉਹਨੂੰ ਮਸਲਾ ਕੁਛ ਨਾ ਕੁਛ ਕੰਮ ਕਰਨਾ ਹੀ ਪੈਣਾ ਸਵੇਰ ਉੱਠ ਕੇ ਆ ਕੇ ਬਸ। ਬਾਕੀ ਤਾਂ ਗੌਰਮੈਂਟ ਨੂੰ ਵੀ ਥੋੜ੍ਹਾ ਸੋਚਣਾ ਚਾਹੀਦਾ ਕਿ ਚਲੋ ਪਬਲਿਕ ਹੈ ਜੋ ਕੋਈ ਨੁਕਸਾਨ ਹੁੰਦਾ ਕੋਈ ਸਹੂਲਤਾਂ ਸਹਾਲਤਾਂ ਦੇਵੇ, ਕੋਈ ਨਾ ਕੋਈ ਪ੍ਰੋਬਲਮ ਇੱਦਾਂ ਦੀ ਆਵੇ। ਬਾਕੀ ਤਾਂ ਸਾਡੀ ਗੌਰਮੈਂਟ ਬਹੁਤ ਵਧੀਆ ਹੈ, ਪੰਜਾਬ ਸਰਕਾਰ ਨਾਲ ਜਿਹੜੀ ਸਾਡੀ ਗੌਰਮੈਂਟ ਹੈ ਨਾ ਸਾਰੇ ਬੰਦੇ ਖੁਸ਼ ਆ, ਸਾਡੇ ਘਰਾਂ ਦੇ ਬਿਜਲੀ ਬਿੱਲ ਫ੍ਰੀ ਹੈ, ਸਾਨੂੰ ਸਾਰੀ ਪਰਸਨੈਲਿਟੀ ਸਾਨੂੰ ਸੁਵਿਧਾ ਸਾਡੇ ਪ੍ਰਸ਼ਾਸਨ। ਬਿਜਲੀ ਦੀ ਗੱਲ ਕੀਤੀ, ਕਿਵੇਂ ਦੇਖਦੇ ਹੋ ਕਿ ਫ੍ਰੀ ਹੋਣੀ ਚਾਹੀਦੀ ਹੈ ਜਾਂ ਸਰਕਾਰ ਨੂੰ ਰੁਜ਼ਗਾਰ ਦੇਣਾ ਚਾਹੀਦਾ ਕਿ ਜੋ ਵੀ ਸ਼ਹਿਰ ਵਾਸੀ ਨੇ ਉਹ ਆਪਣਾ ਬਿੱਲ ਆਮ ਨਾਗਰਿਕ ਆਪਣਾ ਬਿੱਲ ਖੁਦ ਪੇ ਕਰ ਸਕੇ? ਦੇਖੋ ਸਰ ਜੀ, ਪਹਿਲਾਂ ਤਾਂ ਗੌਰਮੈਂਟ ਨੂੰ ਰੁਜ਼ਗਾਰ ਹੀ ਦੇਣਾ ਚਾਹੀਦਾ, ਹੋ ਸਕੇ ਵੱਧ ਤੋਂ ਵੱਧ ਕੋਈ ਫੈਕਟਰੀ ਇੰਡਸਟਰੀਆਂ ਵਿੱਚ ਨਾ ਪਬਲਿਕ ਨੂੰ ਰੁਜ਼ਗਾਰ ਮਿਲੇ, ਕਿਉਂਕਿ ਫ੍ਰੀ ਬਿੱਲ ਤਾਂ ਸਾਨੂੰ ਚਲੋ ਮਿਲਦੇ ਆ ਆਪਣੀ ਸਹੂਲਤ ਨੂੰ, ਹਰ ਬੰਦਾ ਕਹਿੰਦਾ ਬੜੀ ਖੁਸ਼ੀ ਹੁੰਦੀ ਉਹਨੂੰ ਕਿ ਮੇਰਾ ਬਿੱਲ ਨਹੀਂ ਆਉਂਦਾ ਮੈਨੂੰ ਫਿਰ 2-3 ਹਜ਼ਾਰ ਬਚ ਗਿਆ, ਪਰ ਜੇ ਰੁਜ਼ਗਾਰ ਮਿਲ ਜਾਏ ਸਭ ਵਧੀਆ, ਅਤੇ ਬਿੱਲ ਉਸ ਤੋਂ ਬਾਅਦ ਬਿੱਲ ਉਹ ਤਾਂ ਚਲੋ ਗੌਰਮੈਂਟ ਦੀ ਹਰ ਇੱਕ ਨੂੰ ਲਾਲਚੀ ਹੁੰਦੀ ਹੈ ਭਾਈ 3-4 ਹਜ਼ਾਰ ਮੇਰਾ ਬਚ ਜਾਣਾ ਮੈਨੂੰ ਮਿਲ ਜੇ, ਪਰ ਐਕਚੁਲੀ ਫਿਲਹਾਲ ਤਾਂ ਰੁਜ਼ਗਾਰ ਦੇ ਹੀ ਜ਼ਿਆਦਾ ਸਮਰਥਨ ਆ, ਸੀ ਰੁਜ਼ਗਾਰ ਮਿਲਣਾ ਚਾਹੀਦਾ ਪਬਲਿਕ ਨੂੰ, ਪਬਲਿਕ ਨੂੰ ਰੁਜ਼ਗਾਰ ਹੈ, ਬਿਜਲੀ ਬਿੱਲ ਜੇ ਰੁਜ਼ਗਾਰ ਹੋਊਗਾ ਤਾਂ ਬਿਜਲੀ ਬਿੱਲ ਕੋਈ ਵੱਡੀ ਗੱਲ ਨਹੀਂ ਹੈ, ਬੰਦਾ 2-3 ਹਜ਼ਾਰ ਦੇ ਸਕਦਾ ਹੈ ਕਿਉਂਕਿ ਉਹਨੇ ਘਰ ਦਾ 2-4 ਪੱਖੇ ਵੀ ਲਾਏ ਹੋਏ ਆ, ਲਾਈਟਾਂ ਵੀ ਲਾਈਆਂ, ਉਹਨੇ ਆਪਣੀ ਪਰਸਨੈਲਿਟੀ ਲਈ ਲਾਏ ਹੋਏ ਆ, ਆਪਣੀ ਲੋੜ ਅਨੁਸਾਰ ਲਾਏ ਹੋਏ ਆ, ਕਈ ਵਿਚਾਰਾ ਇੱਕ ਪੱਖਾ ਲਾ ਕੇ ਵੀ ਉਹ ਵੀ ਤਾਂ ਵਿਚਾਰਾ ਬਿੱਲ ਭਰ ਹੀ ਸਕਦਾ, ਪਰ ਚਲੋ ਗੌਰਮੈਂਟ ਦੀ ਚੰਗੀ ਸੋਚ ਹੈ ਕਿ ਜੇ ਕੋਈ ਮਾੜੇ ਬੰਦਿਆਂ ਨੂੰ ਕੋਈ ਬਿਜਲੀ ਵੀ ਦਿੰਦੀ ਹੈ ਤਾਂ ਅੱਛੀ ਗੱਲ ਹੈ, ਐਸੀ ਗੱਲ ਨਹੀਂ ਹੈ, ਪਰ ਚਲੋ ਉਹ ਬਾਕੀ ਗੌਰਮੈਂਟ ਨੂੰ ਪਤਾ ਹੋਣਾ ਇਹਦੇ ਬਾਰੇ, ਅਸੀਂ ਇੰਨਾ ਕੁਛ ਕਹਿ ਨਹੀਂ ਸਕਦੇ, ਪਰ ਸਰਕਾਰ ਸਾਡੀ ਵਧੀਆ ਹੈ, ਆਉਣ ਵਾਲੇ ਸਮੇਂ 'ਤੇ ਵੀ ਤੁਸੀਂ ਇਹਨਾਂ ਦੀ ਸਰਕਾਰ ਹੀ ਦੇਖਣ ਨੂੰ ਮਿਲੂਗੀ ਮੇਰਾ ਜਿੱਥੇ ਤੱਕ ਖਿਆਲ ਹੈ, ਕਿਉਂਕਿ ਇੱਥੇ ਲੋਕ ਬਹੁਤ ਖੁਸ਼ ਹੈ, ਪਬਲਿਕ ਬੜੇ ਖੁਸ਼ ਹੈ।